ਵਿੱਚ ਮੈਂ ਲਿਖਿਆ ਸੀ ਕਿ ਵੀ ਪੋਸਟਪੋਨ ਕਰੋ ਆਪਣੀ ਸਪਾਊਸ ਵੀਜ਼ਾ ਐਪਲੀਕੇਸ਼ਨ, ਥੋੜ੍ਹਾ ਠਹਿਰ ਜਾਓ। ਅਤੇ ਮੈਨੂੰ ਕਈ ਫੋਨ ਕਾਲਸ ਵੀ ਆਏ ਅਤੇ ਕਮੈਂਟਸ ਵੀ ਅਤੇ ਈਮੇਲਸ ਵੀ, ਅਤੇ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਹੋਰ ਸ਼ੋਅ ਕਰਾਂਗਾ ਜਿਹਦੇ ਥਰੂ ਪਤਾ ਲੱਗੇਗਾ ਕਿ ਵੀ ਇਮੀਗ੍ਰੇਸ਼ਨ ਮਹਿਕਮਾ ਇਸ ਵਕਤ ਕਿਸ ਤਰ੍ਹਾਂ ਦੀ ਗਲਤੀਆਂ ਕਰ ਰਹੇ ਹੈ। ਸੋ ਦਿਸ ਇਜ਼ ਨਾਟ ਦ ਰਾਈਟ ਟਾਈਮ ਟੂ ਅਪਲਾਈ ਫੋਰ ਸਪਾਊਸ ਵੀਜ਼ਾ ਬਿਕੋਜ਼ ਆਫ ਕਰੋਨਾ ਵਾਇਰਸ ਐਂਡ ਪਾਲਿਸੀ ਚੇਂਜਿਸ। ਦੇ ਮੇ ਨਾਟ ਹੈਵ ਇਨਫ ਸਟਾਫ, ਦ ਰਾਈਟ ਸਟਾਫ ਟੂ ਲੁੱਕ ਐਟ ਦ ਐਪਲੀਕੇਸ਼ਨਸ। ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਇਹ ਮੇ 1 ਨੂੰ ਇੱਕ ਲੈਟਰ ਆਇਆ ਰਿਫਿਊਜ਼ਲ। ਸਪਾਊਸ ਵੀਜ਼ਾ ਕੇਸ ਹੈ, ਸਟੂਡੈਂਟ ਪੜ੍ਹ ਰਹੀ ਹੈ ਕੈਨੇਡਾ ਅਤੇ ਹਸਬੈਂਡ ਇਜ਼ ਇਨ ਇੰਡੀਆ। ਅਤੇ ਜੋ ਇਹਨਾਂ ਨੇ ਇੱਕ ਰੀਜ਼ਨ ਦਿੱਤਾ, ਮੈਂ ਹਾਈਲਾਈਟ ਕਰਤਾ ਜਿਹੜਾ ਯੈਲੋ ਤੁਸੀਂ ਦੇਖ ਰਹੇ ਹੋ ਸਕਰੀਨ ਤੇ, ਕਿ ਵੀ ਐਲੀਜੀਬਿਲਿਟੀ ਫੋਰ ਦਿਸ ਵਰਕ ਪਰਮਿਟ ਇਜ਼ ਓਨਲੀ ਫੋਰ ਪੀਪਲ ਹੂ ਆਰ ਡੂਇੰਗ ਸਕਿੱਲ ਜੋਬ ਐਂਡ NOC ONB, ਵਿਚ ਮੇਕਸ ਐਬਸੋਲੂਟਲੀ ਨੋ ਸੈਂਸ, ਕਿਉਂਕਿ ਇਹ ਜਿਹੜੀ ਰਿਕੁਆਇਰਮੈਂਟ ਹੈ ਇਹ ਉਹਨਾਂ ਲਈ ਹੈ ਜਦ ਵਾਈਫ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਆਏਗੀ। ਸੋ ਕਿਸੇ ਨੌਸਿਖੀਏ ਨੇ ਸ਼ਾਇਦ, ਕੋਈ ਲੱਗਦਾ ਕਿ ਇਮੀਗ੍ਰੇਸ਼ਨ ਵਿੱਚ ਸ਼ਾਇਦ ਕੋਈ ਕਲਰਕ ਬੈਠਾ ਹੈ ਥੱਲੇ, ਕੋਈ ਨਿਆਂ ਕੋਈ ਆਫਿਸਰ ਹੈ ਸਮਥਿੰਗ, ਉਹਨਾਂ ਨੂੰ ਪਤਾ ਹੀ ਨਹੀਂ ਹੈ, ਜਾਂ ਜਲਦਬਾਜ਼ੀ ਵਿੱਚ ਗਲਤ ਰੀਜ਼ਨ ਕਲਿੱਕ ਕਰਕੇ ਉਹ ਧੜਾ ਧੜ ਮੇਰੇ ਰਿਫਿਊਜ਼ਲ ਲੈਟਰ ਦੇਈ ਜਾ ਰਹੇ ਹਨ। ਸੋ ਮੇ 1 ਨੂੰ ਆਇਆ ਰਿਫਿਊਜ਼ਲ। ਮੈਂ ਕੁਛ ਗੱਲਾਂ ਜਿਹੜੀ ਉਹਦਾ ਬਲੈਕ ਫੇਸ ਕਰਤੀ ਉਹਨਾਂ ਦੇ ਨਾਮ ਪ੍ਰਾਈਵੇਸੀ ਕਰਨ ਲਈ, ਪਰ ਤੁਹਾਨੂੰ ਇਹ ਰੀਜ਼ਨ ਦਿਖਾਉਣਾ ਸੀ ਕਿ ਵੀ ਕਿਸ ਤਰ੍ਹਾਂ ਦੀ ਗਲਤੀਆਂ ਕਰ ਰਹੇ ਹੈ, ਦੇਖ ਲਿਆ ਤੁਸੀਂ। ਉਹਦੇ ਬਾਅਦ ਫਿਰ ਮੈਂ ਕੀਤਾ, ਮੈਨੂੰ ਲੱਗਿਆ ਕਿ ਵੀ ਇਹ ਅਨਜਸਟੀਫਾਈਡ ਹੈ, ਓਬਵੀਅਸਲੀ ਇਟ ਇਜ਼। ਅਤੇ ਫਿਰ ਮੈਂ ਡਾਇਰੈਕਟਲੀ ਇਮੀਗ੍ਰੇਸ਼ਨ ਮਿਨਿਸਟਰ ਨੂੰ ਚਿੱਠੀ ਲਿਖੀ ਕਿ ਵੀ ਦੇਖੋ, ਤੁਹਾਡੇ ਜਿਹੜੇ ਆਫਿਸਰ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੈ, ਦਿਸ ਇਜ਼ ਐਬਸੋਲੂਟਲੀ ਇਲੋਜੀਕਲ, ਤੁਸੀਂ ਇਸ ਚੀਜ਼ ਨੂੰ ਦੁਬਾਰਾ ਰਿਵਿਊ ਕਰੋ। ਅਤੇ ਉਹਨਾਂ ਨੇ ਫਿਰ ਰਿਵਿਊ ਕੀਤਾ, ਉਹ ਮੈਂ ਤੁਹਾਨੂੰ ਦਿਖਾਉਣਾ ਕਿ ਕੀ ਰਿਵਿਊ ਕਰਕੇ ਉਹਨਾਂ ਨੇ ਦਿਖਾਇਆ। ਫਿਰ ਹੁਣ ਤੁਸੀਂ ਦੂਸਰਾ ਦੇਖੋ, ਇੱਕ ਡਾਕੂਮੈਂਟ, ਉਹ ਪਹਿਲਾਂ ਹੋਇਆ ਸੀ ਮੇ 1 ਨੂੰ, ਵਿਦ ਇਨ 24 ਆਵਰਸ ਮੈਂ ਉਹਨਾਂ ਨੂੰ ਚਿੱਠੀ ਲਿਖੀ। ਸੋ ਮੇ 7 ਨੂੰ ਉਹਨਾਂ ਨੇ ਫਿਰ ਰਿਫਿਊਜ਼ਲ ਕਰਕੇ ਭੇਜਤਾ ਕਿ ਦਿਸ ਟਾਈਮ ਡਿਫਰੈਂਟ ਰੀਜ਼ਨ ਦੋ, ਪਰ ਉਹਨਾਂ ਨੇ ਉਸ ਚੀਜ਼ ਨੂੰ ਮੰਨ ਲਿਆ ਕਿ ਵੀ ਉਹ ਰੀਜ਼ਨ ਵਾਜ ਅਨਜਸਟੀਫਾਈਡ, ਅਦਰਵਾਈਜ਼ ਦੇ ਕੁਡ ਹੈਵ ਕੰਟੀਨਿਊ ਔਰ ਦੇ ਵੁੱਡ ਹੈਵ ਨਾਟ ਈਵਨ ਆਨਸਰਡ ਮੀ। ਪਰ ਉਹਨਾਂ ਨੇ ਆਨਸਰ ਕੀਤਾ ਅਤੇ ਵਿਦ ਇਨ 6 ਡੇਜ਼ ਲਿਖਤਾ ਕਿ ਵੀ ਨਹੀਂ, ਦੇ ਐਪਲੀਕੇਸ਼ਨ ਆਪਾਂ ਰਿਫਿਊਜ਼ ਕਰ ਰਹੇ ਹਾਂ। So that reason is not valid, but this is the new reason now ki bhai spouse is not a full time student in a qualifying program at DL in Canada. Gal eh hui ki pehla jada apply kita si wife was already a full time student. This was in I think in last year September or October last year, par unhone fir it drop le liya. So right now we cannot fight it, I cannot fight this application because she has taken a drop, she is not a full time student right now. ਪਰ ਤੁਹਾਨੂੰ ਮੈਂ ਇਹ ਦਿਖਾਉਣਾ ਸੀ ਕਿ ਵੀ ਇਮੀਗ੍ਰੇਸ਼ਨ ਅਫਸਰ, ਇਮੀਗ੍ਰੇਸ਼ਨ ਮਹਿਕਮੇ ਕਿਸ ਤਰ੍ਹਾਂ ਦੀ ਗਲਤੀਆਂ ਕਰ ਰਹੇ ਹੈ। ਇਜ਼ ਇਟ ਬਿਕੋਜ਼ ਆਫ ਸਟ੍ਰੈਸ, ਇਜ਼ ਇਟ ਬਿਕੋਜ਼ ਆਫ ਨੋ ਸਟਾਫ ਵਰਕਿੰਗ ਦੇਅਰ, ਔਰ ਇਜ਼ ਇਟ ਬਿਕੋਜ਼ ਦੇ ਹੈਵ ਨੋ ਮਨੀ, ਦੇ ਆਰ ਅੰਡਰ ਰਿਸੋਰਸਡ, ਔਰ ਦੇ ਆਰ ਅੰਡਰ ਸਮ ਕਾਇੰਡ ਆਫ ਕਰੋਨਾ ਵਾਇਰਸ ਯੂ ਨੋ ਰਿਸਟ੍ਰਿਕਸ਼ਨ, ਕਿ ਵੀ ਇਸ ਵਕਤ ਸਪਾਊਸ ਵੀਜ਼ਾ ਅਪਰੂਵ ਨਾ ਕਰੋ। ਸੋ ਇਸ ਕਰਕੇ ਤੁਹਾਨੂੰ ਮੈਂ ਦੁਬਾਰਾ ਕਹਿਣਾ ਕਿ ਜਸਟ ਹੈਂਗ ਔਨ ਟੂ ਯੂਅਰ ਸਪਾਊਸ ਵੀਜ਼ਾ ਐਪਲੀਕੇਸ਼ਨ ਫੋਰ ਨਾਓ, ਐਂਡ ਦੈਨ ਯੂ ਨੋ ਲੈਟ ਦਿਸ ਕਰੋਨਾ ਵਾਇਰਸ ਥਿੰਗ ਕਲੀਅਰ ਆਊਟ, ਐਂਡ ਦੈਨ ਯੂ ਕੈਨ ਫਾਇਲ ਇਟ। This is the second example. I showed you a first example of a husband who had a good stable job in government, but they refused his application because he has a good job and he will not leave this good job. It doesn't make sense. And now you see in this application, okay, they chose a wrong reason of refusal, which does not make sense. And they corrected this within about 6 days. And now they have given a different reason, which of course I cannot fight because the student is not a full-time student right now. So take care, and I always enjoy doing spouse visa applications. In your best interest, hold on to it. If you want to have me research your application or file or something, then I'm always available. Thank you very much. Take care.